दल खालसा दे वल्लों बीती दिनी 15 अगस्त नूं काले दिन दे वजों मनाउण दे फैसले अते उस दिन निशान साहिब चलाउण दे फैसले ते सरकार दे वल्लों सुरक्षा प्रबंधां दे मद्देनजर मनाही कीती गई सी, जिस दे चलदिआं कल सवेर तों ही दल खालसा आगू कवनपाल सिंह संधू नूं उहनां दे दफ्तर दे विच गिरफ्तार कीता गया अते बाकी आगूआं नूं ਘਰਾਂ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ। ਇਸ ਦੇ ਵਿਰੋਧ ਵਿੱਚ ਦਲ ਖਾਲਸਾ ਦੇ ਬਾਕੀ ਆਗੂਆਂ ਦੇ ਵੱਲੋਂ ਅੰਮ੍ਰਿਤਸਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਲਿਜਾਇਆ ਗਿਆ। ਇਸ ਸੰਬੰਧੀ ਗੱਲਬਾਤ ਕਰਨ ਦਲ ਖਾਲਸਾ ਦੇ ਆਗੂਆਂ ਨੇ ਦੱਸਿਆ ਕਿ ਭਾਵੇਂ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਪਰ ਸਿੱਖਾਂ ਨੂੰ ਇਸ ਦੇਸ਼ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਆਜ਼ਾਦੀ ਨਹੀਂ ਹੈ, ਜਿਸ ਦੇ ਚੱਲਦਿਆਂ ਅਸੀਂ ਆਪਣੇ ਹੱਕਾਂ ਦੇ ਲਈ ਮਾਰਚ ਤੱਕ ਨਹੀਂ ਕੱਢ ਸਕਦੇ। ਆਜ਼ਾਦੀ ਨਹੀਂ, ਅਸੀਂ ਆਪਣੀ ਆਜ਼ਾਦੀ ਵਾਸਤੇ ਲੜਾਈ ਲੜ ਰਹੇ ਹਾਂ। ਜਿੰਨਾ ਚਿਰ ਅਸੀਂ ਆਜ਼ਾਦ ਨਹੀਂ ਹੋ ਜਾਂਦੇ ਉਹਨਾਂ ਚਿਰ ਸਾਨੂੰ ਜੋ ਮਰਜ਼ੀ ਕਰੀ ਜਾਣ, ਪਰ ਅਸੀਂ ਆਜ਼ਾਦ ਹੋ ਕੇ ਰਵਾਂਗੇ। ਅਸੀਂ ਜੋ ਆਪਣਾ ਕਹਿੰਦੇ ਉਹ ਕਰਦੇ ਰਵਾਂਗੇ। ਸਰਕਾਰਾਂ ਜਿਹੜੀਆਂ ਨੇ ਇਹ ਆਜ਼ਾਦੀ ਦੇ ਦਿਹਾੜੇ ਦਾ ਨਾਂ ਲੈ ਕੇ 10 ਲੱਖ ਲੋਕਾਂ ਦੀਆਂ ਲਾਸ਼ਾਂ ਦੇ ਜਸ਼ਨ ਮਨਾਉਂਦੇ ਨੇ, ਤੇ ਸਾਨੂੰ ਦੱਸਦੇ ਆ ਵੀ ਤੁਹਾਡੀ ਔਕਾਤ ਕੀ ਹੈ ਇਸ ਦੇਸ਼ ਦੇ ਵਿੱਚ। ਵਾਰ ਵਾਰ ਸਾਨੂੰ ਜਿਹੜਾ ਦਲੀਲ ਕੀਤਾ ਜਾਂਦਾ ਤੇ ਸਾਨੂੰ ਦੱਸ ਰਹੇ ਨੇ ਵੀ ਤੁਹਾਡੀ ਉੱਤੇ ਕੋਈ ਔਕਾਤ ਨਹੀਂ ਗੀ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਪੰਦਰਾਂ ਅਗਸਤ ਭਾਰਤ ਦੇ ਅੰਦਰ ਆਜ਼ਾਦੀ ਦੇ ਜਸ਼ਨ ਮਨਾਏ ਜਾਂਦੇ ਆ, ਪਰ ਸਿੱਖ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਵਿੱਚ ਫਸ ਗਏ। ਸਾਡਾ ਪਿਛਲੇ 74 ਸਾਲ ਦਾ ਤਜਰਬਾ ਇਹ ਕਹਿੰਦਾ ਕਿ ਭਾਰਤ ਦੇ ਅੰਦਰ ਸਿੱਖਾਂ ਨੇ ਆ ਕੇ ਗਲਤੀ ਕੀਤੀ ਹੈ। ਸਿੱਖਾਂ ਦੇ ਹੱਕ ਹਕੂਕ ਇੱਥੇ ਕੁਚਲੇ ਗਏ ਨੇ। ਸਿੱਖਾਂ ਨੂੰ ਇੱਥੇ ਮਿਲੀਆਂ ਨੇ ਲੰਬੀਆਂ ਜੇਲ੍ਹਾਂ, ਗੋਲੀਆਂ, ਤਸ਼ੱਦਦ, ਜਲਾਲਤ। ਸਾਡੇ ਲਈ ਇਹ ਆਜ਼ਾਦੀ ਕੋਈ ਮਾਇਨੇ ਨਹੀਂ ਰੱਖਦੀ। ਭਾਰਤ ਅੰਦਰ ਅੱਜ ਵੀ ਪੰਜਾਬ ਸਿੱਖ ਗੁਲਾਮ ਨੇ। ਸਾਡਾ ਸੱਭਿਆਚਾਰ ਮਾਰਿਆ ਜਾ ਰਿਹਾ, ਲੁੱਟਿਆ ਜਾ ਰਿਹਾ, ਸਾਨੂੰ ਇੱਥੋਂ ਬਰਬਾਦ ਕੀਤਾ ਜਾ ਰਿਹਾ। ਪੰਜਾਬ ਦੀ ਨੌਜਵਾਨੀ ਨੂੰ ਨਸਲਕੁਸ਼ੀ ਕੀਤੀ ਜਾ ਰਹੀ ਹੈ, ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਪੰਜਾਬ 'ਚੋਂ ਬਾਹਰ ਜਾਣ ਲਈ। ਸਿੱਖ ਧਰਮ ਇੱਥੇ ਸੁਰੱਖਿਅਤ ਨਹੀਂ ਹੈ, ਸਾਡੇ ਜਿਹੜੇ ਧਾਰਮਿਕ ਸਥਾਨ ਹੈ ਉਹ ਸੁਰੱਖਿਅਤ ਨਹੀਂ ਹੈ। 1984 ਦਾ ਜਿਹੜਾ ਘੱਲੂ ਘਰ ਹੈ ਉਹ ਇਸ ਦੀ ਪ੍ਰਤੱਖ ਮਿਸਾਲ ਹੈ। ਅੱਜ ਤੱਕ ਸਿੱਖਾਂ ਨੂੰ ਇੱਥੇ ਕੋਈ ਇਨਸਾਫ ਨਹੀਂ ਮਿਲਿਆ। ਸਾਡੇ ਲਈ ਇਹ ਆਜ਼ਾਦੀ ਦੇ ਜਸ਼ਨ ਲਈ ਸਾਡੇ ਲਈ ਇਹ ਕਾਲਾ ਦਿਨ ਹੈ। ਔਰ ਅੱਜ ਦੀ ਗੱਲ ਕਿ ਦਲ ਖਾਲਸਾ ਨੇ ਪਿਛਲੇ ਦਿਨ ਐਲਾਨ ਕੀਤਾ ਸੀ ਕਿ ਅਸੀਂ ਭਾਰਤ ਦੀ ਜਿਹੜੀ ਜਸ਼ਨ ਹੈ ਉਹਦੇ ਦੂਰ ਰਵਾਂਗੇ ਔਰ ਖਾਲਸਾ ਨਿਸ਼ਾਨ ਚਲਾ ਕੇ ਉਹਨੂੰ ਅਸੀਂ ਸਲਾਮੀ ਦਿਆਂਗੇ। ਅੱਜ ਭਾਰਤ ਸਰਕਾਰ ਨੇ ਸਾਡੇ ਇਸ ਪ੍ਰੋਗਰਾਮ 'ਤੇ ਪਾਬੰਦੀ ਲਾ ਕੇ ਸਾਡੀ ਲੀਡਰਸ਼ਿਪ ਨੂੰ ਜਿਹੜਾ ਅਰੈਸਟ ਕਰ ਲਿਆ, ਉਹਨਾਂ ਨੂੰ ਜੇਲ੍ਹ ਵਿੱਚ ਲੈ ਗਏ ਨੇ। ਔਰ ਅਸੀਂ ਉਹਦਾ ਵੀ ਅੱਜ ਪ੍ਰੋਟੈਸਟ ਕਰ ਰਹੇ ਹਾਂ ਔਰ ਦੁਨੀਆ ਨੂੰ ਇਹ ਦੱਸ ਰਹੇ ਹਾਂ ਕਿ ਇਹ ਆਜ਼ਾਦੀ ਸਾਡੀ ਨਹੀਂ ਹੈ, ਅਸੀਂ ਇੱਥੇ ਗੁਲਾਮ ਹੈ। ਸਾਡੇ ਨਾਲ ਇੱਥੇ ਗੁਲਾਮਾਂ ਵਾਲਾ ਵਿਹਾਰ ਕੀਤਾ ਜਾਂਦਾ, ਸਾਨੂੰ ਪ੍ਰੋਟੈਸਟ ਕਰਨ ਦਾ ਵੀ ਹੱਕ ਨਹੀਂ ਹੈ, ਸਾਨੂੰ ਇੱਥੋਂ ਮਾਰਚ ਕਰਨ ਲਈ ਵੀ ਆਗਿਆ ਨਹੀਂ ਹੈ। ਅੱਜ ਇਹ ਹੈ ਪੰਜਾਬ ਦੇ ਲੋਕਾਂ ਦਾ ਜਿਹੜਾ ਹਾਲ ਇੱਥੇ। ਸੋ ਅਸੀਂ ਇਹ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਜਿਹੜੇ ਨੇ ਉਹ ਭਾਰਤ 'ਚ ਗੁਲਾਮ ਨੇ, ਸਾਡੇ ਹੱਕ ਹਕੂਕ ਜਿਹੜੇ ਆ ਉਹ ਗੋਲੀ ਦੇ ਅਤੇ ਡੰਡੇ ਦੇ ਜ਼ੋਰ 'ਤੇ ਦਰੜੇ ਜਾ ਰਹੇ ਨੇ। ਅਸੀਂ ਇੱਥੋਂ ਮਾਰਚ ਕਰਨ ਦੀ ਕੋਸ਼ਿਸ਼ ਕਰਾਂਗੇ, ਪ੍ਰਸ਼ਾਸਨ ਜਿੱਥੇ ਸਾਨੂੰ ਰੋਕ ਦੇਗਾ ਅਸੀਂ ਉੱਥੇ ਬੈਠ ਜਾਵਾਂਗੇ। ਜੇ ਪ੍ਰਸ਼ਾਸਨ ਨੇ ਸਾਨੂੰ ਗ੍ਰਿਫਤਾਰ ਕਰਨਾ ਤਾਂ ਅਸੀਂ ਉਹਦੇ ਲਈ ਤਿਆਰ ਹਾਂ। ਕਮਰਪਾਲ ਜੀ ਆਸ਼ਰਮ ਕਿੱਥੇ?
उन्होंने सरवेर का प्रशासन ने अरैसट कर लिया, तो उन्होंने होर भी साथी ने सानू नहीं पता उन्होंने कितने ले जा के उन्होंने परसों रोज से जो तो साडा ऐलान होया उस दिन तो ही हाउस अरैसट किया हो हाले तक वो हाउस अरैसट ने जो तो ऐलान होया उस तो बाद बहुत सारे आगुआन उत्थे रोक दिता गया डक दिता गया जिथे जिथे उन्होंने रैन बसेरे ने पहुँच भी नहीं सके पर जोड़े इतने आ रहे हैं उस बाबा हरदीप सिंह महराज जसवीर सिंह खंडूर सुरजीत सिंह खालिस्तानी भाई हरचरणजीत सिंह धामी मेरे वालों भी असी भी आ गए हैं भाई दिलबाग सिंह जिहड़ा जिला प्रधान ने गुरदासपुर तो वह भी पहुँच चुके हैं सो जिन्हों नूं संभव हो सकिया जिहड़े पहुँच सकते सी उह इत्थे शामिल हो रहे हैं। अज उन्होंने दफ्तर में क्योंकि असं अज के समागम की तैयारियां कर रहे थे पुलिस ने सवेरे उन्होंने दफ्तर तो उन्होंने साथियों समेत अरैसट किया भाई गुरप्रीत सिंह खुड्डा गुरनाम सिंह मोनका जस सुखजिंदर सिंह एस वाई पी वाले तो सरबजीत सिंह जेड़े उन्होंने अरैसट हो एक साथी होर भी। आवाजी कॉम टीवी अमृतसर तो हिमांशु शर्मा की रिपोर्ट।